ਸਰਪਦਾ ਭਲਾ ਟਰੱਸਟ ਨੇ ਦੁਬਈ ਵਿੱਚ ਫਸੇ 29 ਵਿੱਚੋਂ 8 ਨੌਜਵਾਨ ਵਾਪਸ ਲਿਆਂਦੇ। ਸਰਬੱਤਦਾ ਭਲਾ ਟਰੱਸਟ ਦੇ ਮੁਖੀ ਸਰਦਾਰ ਐਸਪੀ ਸਿੰਘ ਓਬਰਾਏ ਵੱਲੋਂ ਅੱਜ ਦੁਬਈ ਵਿੱਚ ਫਸੇ 29 ਭਾਰਤੀ ਨੌਜਵਾਨਾਂ ਵਿੱਚੋਂ 8 ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਕਰਵਾ ਦਿੱਤੀ ਗਈ। ਸ੍ਰੀ ਐਸਪੀ ਸਿੰਘ ਓਬਰਾਏ ਇਹਨਾਂ 8 ਨੌਜਵਾਨਾਂ ਜੋਰਾਵਰ ਸਿੰਘ, ਮਿੰਟੂ, ਜੋਬਨਜੀਤ ਸਿੰਘ, ਰਿੰਕੂ, ਪਵਨ ਸ਼ਰਮਾ, ਇੰਦਰਜੀਤ, ਸ਼ੁਭਮ, ਪੁਨੀਤ ਕੁਮਾਰ ਦੇ ਨਾਲ ਸਵੇਰੇ 11 ਵਜੇ ਦੇ ਕਰੀਬ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਇਹਨਾਂ ਵਿੱਚੋਂ 3 ਨੌਜਵਾਨ ਪੰਜਾਬ ਤੋਂ ਹਨ, ਜਦੋਂ ਕਿ 4 ਨੌਜਵਾਨ ਹਰਿਆਣਾ ਅਤੇ 1 ਨੌਜਵਾਨ ਦਿੱਲੀ ਤੋਂ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਐਸਪੀ ਸਿੰਘ ਓਬਰਾਏ ਨੇ ਦੱਸਿਆ ਸਾਰੇ ਰਜਿਸਟਰਡ ਹੋਣੇ ਚਾਹੀਦੇ ਆ, ਤਾਂ ਜੋ ਜਿਹੜੇ ਆਮ ਛੋਟੇ ਮੋਟੇ ਏਜੰਟਾਂ ਤੋਂ ਪਤਾ ਜਾਵੇ ਨਾ ਜਿਹੜੇ ਕਿੱਥੇ ਕੀਤੇ ਅਤੇ ਜਿਹੜੇ ਬਾਕੀ ਦੇ 21 ਨੇ ਉਹਨਾਂ ਦੇ ਲਈ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ? ਹੋ ਗਿਆ ਜੀ, 2-3 ਦਿਨ ਦੇ ਵਿੱਚ ਉਹਨਾਂ ਦੇ ਅਸੀਂ ਵੀਜ਼ੇ ਕੈਂਸਲ ਕਰਾਵਾਂਗੇ। ਉਹਨਾਂ ਦਾ ਜਿਹੜਾ ਸਪੋਂਸਰ ਹੈ, ਜਿਹੜਾ ਲੋਕਲ ਬੰਦਾ ਉੱਥੇ ਹੀ ਹੈ, ਉਹਨੂੰ ਮਿਲ ਕੇ ਉਹਨਾਂ ਮੀਟਿੰਗ ਕਰਕੇ, ਮੈਂ ਆਲਰੇਡੀ ਟੀਮ ਛੱਡੀ ਮੇਰੀ ਉੱਥੇ, ਉਹਨਾਂ ਨਾਲ ਗੱਲਬਾਤ ਕਰਕੇ ਸਾਰੇ ਵੀਜ਼ੇ ਕੈਂਸਲ ਕਰਾ ਕੇ ਟਿਕਟਾਂ ਸੀ ਉਹਨਾਂ ਦੀ ਨਹੀਂ ਆਲਰੇਡੀ ਦੇ ਕੇ, ਅਤੇ ਉਹ ਸਾਰੇ ਬੰਦਿਆਂ ਨੂੰ ਕੋਸ਼ਿਸ਼ ਕਰਾਂਗੇ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਬੰਦੇ ਸਾਰਿਆਂ ਨੂੰ ਚੀਜ਼ਾਂ। ਬਹੁਤ ਸਾਰੇ ਨੌਜਵਾਨਾਂ ਨੂੰ ਪਹਿਲਾਂ ਵੀ ਛੁਡਾ ਕੇ ਲੈ ਕੇ ਆਏ, ਲੜਕੀਆਂ ਵੀ ਲੈ ਕੇ ਆਉਂਦੀਆਂ ਨੇ, ਲੇਕਿਨ ਫਿਰ ਵੀ ਸਰਕਾਰ ਜਿਹੜੀ ਏਜੰਟਾਂ ਦੇ ਨੱਥ ਪਾਉਣ ਦੇ ਵਿੱਚ ਨਾਕਾਮ ਰਹੀ ਆ, ਇਹਦੇ ਵੱਲੋਂ ਕੋਈ ਠੋਸ ਕਦਮ ਤੁਹਾਨੂੰ ਨਹੀਂ ਲੱਗਦਾ ਕੋਈ ਠੋਸ ਕਾਨੂੰਨ ਬਣਨਾ ਚਾਹੀਦਾ? ਮੈਂ ਹੁਣ ਪੰਜਾਬ ਗਵਰਨਮੈਂਟ ਨਾਲ ਮੀਟਿੰਗ ਕਰਾਂਗੇ ਕੱਲ੍ਹ ਅਸੀਂ। ਪਹਿਲਾਂ ਹੀ ਮੈਂ ਇਹੀ ਗੱਲ ਕਹਿੰਦਾ ਕਿ ਜਿਹੜੇ ਏਜੰਟ ਸਾਰੇ ਰਜਿਸਟਰਡ ਹੋਣੇ ਚਾਹੀਦੇ, ਅਸੀਂ ਕੰਟਰੋਲ ਕਰ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ ਹੈਗੀ, ਸਾਰਾ ਕੰਟਰੋਲ ਹੋ ਸਕਦਾ। ਬਾਕੀ ਦੂਜੀ ਤੁਸੀਂ ਨਿਊਜ਼ ਪੜ੍ਹੀ ਹੋਣੀ, ਜਿਹੜੀ ਉਹ 104 ਲੜਕੀਆਂ ਸਾਡੀਆਂ ਜਿਹੜੀਆਂ ਉੱਥੇ ਮਸਕਟ ਵਿੱਚ ਹੈਗੀਆਂ ਨੇ, ਉਹ ਪਿਛਲੇ ਸਾਲ ਵੀ ਮੈਂ ਕਦਮ ਚੱਕਿਆ ਸੀ ਕਿ 6 ਲੜਕੀਆਂ ਮੈਂ ਲਾਇਆ ਸੀ ਉਦੋਂ, ਤਾਂ ਉਹ 1-1 ਲੜਕੀ ਦੇ ਉੱਤੇ ਤਕਰੀਬਨ ਕੋਈ 2.5 ਲੱਖ, 3 ਲੱਖ, 3.5-4 ਲੱਖ ਰੁਪਇਆ ਖਰਚਾ ਹੈਗਾ। ਅਤੇ ਹੁਣ ਮੈਂ ਸਰਕਾਰ ਨੂੰ ਓਪਨਲੀ ਕਿਹਾ, ਸੈਂਟਰ ਗਵਰਨਮੈਂਟ ਨੂੰ ਵੀ ਕਿਹਾ ਅਤੇ ਪੰਜਾਬ ਗਵਰਨਮੈਂਟ ਨੂੰ ਵੀ ਕਿਹਾ ਮੈਂ ਕਿ ਜਿੰਨਾ ਵੀ ਖਰਚਾ ਆਉਣਾ ਉੱਥੇ 1.5-2.5 ਕਰੋੜ ਦਾ ਖਰਚਾ ਹੈਗਾ ਉਹਨਾਂ ਸਾਰੀਆਂ ਲੜਕੀਆਂ ਨੂੰ ਲਿਆਉਣ 'ਚ, ਜਿਨ੍ਹਾਂ ਵਿੱਚ ਸਾਡੀਆਂ ਪੰਜਾਬ ਦੀਆਂ 13-14 ਨੇ, ਬਾਕੀ ਕੁਝ ਹਰਿਆਣੇ ਦੀਆਂ ਨੇ, ਅਤੇ 60 ਦੇ ਕਰੀਬ ਲੜਕੀਆਂ ਜਿਹੜੀਆਂ ਉਹ ਹੈਦਰਾਬਾਦ ਦੀਆਂ ਹੈਗੀਆਂ ਨੇ, ਸੋ ਬਾਕੀ ਸਟੇਟਾਂ ਦੀਆਂ ਹੈਗੀਆਂ, ਅਤੇ ਸਾਡੇ ਲਈ ਸਾਰੇ ਬਰਾਬਰ ਹੈ, ਚਾਹੇ ਲੜਕੀ ਪੰਜਾਬ ਦੀ ਹੈ, ਚਾਹੇ ਹਰਿਆਣੇ ਦੀ ਹੈ, ਚਾਹੇ ਕਿਤੇ ਦੀ ਵੀ ਲੜਕੀ ਹੈਗੀ, ਸਾਡੇ ਲਈ ਸਭ ਬਰਾਬਰ ਹੈਗੀ ਹੈ। ਔਰ ਮੇਰੀ ਕੋਸ਼ਿਸ਼ ਹੈ ਕਿ ਅਸੀਂ ਬਹੁਤ ਜਲਦੀ ਹੀ, ਅਗਰ ਸਰਕਾਰ ਸਾਨੂੰ ਸਾਥ ਦਿੰਦੀ ਹੈ ਆਪਣਾ, ਅਤੇ ਅਸੀਂ ਉਹ ਕੇਸ ਲੜਕੇ ਇਹਨਾਂ ਦੇ ਸਾਰੇ ਪੈਸੇ ਜਿਹੜੇ ਅਸੀਂ ਜਮ੍ਹਾਂ ਕਰਾ ਕੇ ਟਰੱਸਟ ਵੱਲੋਂ ਸਾਰੇ ਜਮ੍ਹਾਂ ਕਰਾਏ ਜਾਣਗੇ, ਜਿੰਨਾ 1.5-2 ਕਰੋੜ ਹੋਏਗਾ, ਅਸੀਂ ਸਾਰਿਆਂ ਨੂੰ ਲੈ ਕੇ ਆਵਾਂਗੇ। ਇਹ ਨੌਜਵਾਨ ਵੱਖ ਵੱਖ ਏਜੰਟਾਂ ਵੱਲੋਂ ਅਕਤੂਬਰ ਨਵੰਬਰ 2019 ਦੌਰਾਨ ਦੁਬਈ ਵਿੱਚ ਸਿਕਿਉਰਿਟੀ ਏਜੰਸੀ ਵਿੱਚ ਨੌਕਰੀ ਲਈ ਭੇਜੇ ਗਏ ਸਨ, ਜਿੱਥੇ ਕਿ ਇਹਨਾਂ ਤੋਂ ਕੰਮ ਤਾਂ ਕਰਵਾਇਆ ਜਾ ਰਿਹਾ ਸੀ, ਪਰ ਇਹਨਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਇਹਨਾਂ ਨੂੰ ਰਹਿਣ ਲਈ ਕਮਰੇ ਅਤੇ ਖੁਰਾਕ ਦਾ ਪ੍ਰਬੰਧ ਕੰਪਨੀ ਵੱਲੋਂ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਹੁਣ ਜਦੋਂ ਇਹਨਾਂ ਨੌਜਵਾਨਾਂ ਨੇ ਆਪਣੀ ਤਨਖਾਹ ਮੰਗੀ ਤਾਂ ਕੰਪਨੀ ਦਾ ਮਾਲਕ, ਜੋ ਕਿ ਪਾਕਿਸਤਾਨੀ ਸੀ, ਉੱਥੋਂ ਫਰਾਰ ਹੋ ਗਿਆ, ਜਿਸ ਕਾਰਨ ਇਹ ਨੌਜਵਾਨ ਉੱਥੇ ਫਸ ਗਏ ਸਨ।